ਸਾਰਿਆਂ ਦਾ ਉਸ ਸ਼ੋਅ ਦੇ ਵਿੱਚ ਜਿੱਥੇ ਗੱਲਬਾਤ ਕਰਦੇ ਹਾਂ ਅਸੀਂ ਸੁਰ ਦੀ, ਸੰਗੀਤ ਦੀ ਤੇ ਪੰਜਾਬੀ 뮤직 ਇੰਡਸਟਰੀ ਦੇ ਗਰੋਇੰਗ ਟੈਲੈਂਟ ਦੀ। ਉਹ ਨਾਮ ਤਾਂ ਤੁਸੀਂ ਜਾਣਦੇ ਹੋ, ਫਸਟ ਲੁੱਕ। ਤੇ ਅੱਜ ਫਸਟ ਲੁੱਕ ਦੇ ਵਿੱਚ ਮੈਂ ਤੁਹਾਨੂੰ ਮਿਲਵਾਉਂਗੀ ਇੱਕ ਖਾਸ ਸਿੰਗਰ ਦੇ ਨਾਲ ਜੋ ਅੱਜ ਕੱਲ੍ਹ ਹੋਏ ਪਏ ਨੇ ਬਹੁਤ ਜ਼ਿਆਦਾ ਇਮੋਸ਼ਨਲ, ਬਟ ਇਹਦੇ ਪਿੱਛੇ ਕੀ ਹੈ ਰੀਜ਼ਨ, ਆਓ ਜਾਣਦੇ ਹਾਂ ਉਹਨਾਂ ਦੇ ਕੋਲੋਂ। ਲੈਟਸ ਵੈਲਕਮ ਨਵੀ ਜੇ। ਸਤਿ ਸ਼੍ਰੀ ਅਕਾਲ ਨਵੀ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਫਸਟ ਲੁੱਕ ਦੇ ਵਿੱਚ। ਸ਼ੁਕਰੀਆ ਜੀ, ਥੈਂਕ ਯੂ, ਮੈਨੂੰ ਵੀ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਇੱਥੇ ਆ ਕੇ। ਜੀ ਤੇ ਮੈਂ ਪੁੱਛਣਾ ਚਾਹੂੰਗੀ ਵੀ ਕੀ ਗੱਲ ਅੱਜ ਕੱਲ੍ਹ ਇੰਨੇ ਇਮੋਸ਼ਨਲ ਹੋਏ ਫਿਰਦੇ ਹੋ ਤੁਸੀਂ? ਨਹੀਂ, ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ ਇਮੋਸ਼ਨਲ ਵਾਲੀ। ਸ਼ਾਇਦ ਤੁਸੀਂ ਮੇਰੇ ਟਰੈਕ ਦੇ ਬਾਰੇ ਹੀ ਗੱਲ ਕਰ ਰਹੇ ਹੋ, ਉਹਦੇ ਟਾਈਟਲ ਨੂੰ ਲੈ ਕੇ। ਬਿਲਕੁਲ। ਤੇ ਟਾਈਟਲ ਤੋਂ, ਹਾਂ, ਹਰ ਕਿਸੇ ਨੂੰ ਲੱਗਦਾ ਹੈਗਾ ਟਾਈਟਲ ਤੋਂ ਕਿ ਇੱਕ ਇਮੋਸ਼ਨਲ ਟਾਈਟਲ ਜਿਵੇਂ ਅਸੀਂ ਦਿੱਤਾ ਹੋਇਆ ਹੈ ਕਿ ਕੋਈ ਸੈਡ ਸੌਂਗ ਹੋਏਗਾ ਜਾਂ ਇਮੋਸ਼ਨਲ ਹੋਏਗਾ, ਬਟ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ, ਇੱਕ ਬੀਟ ਸੌਂਗ ਹੈਗਾ। ਬਿਲਕੁਲ ਜੀ, ਮਜ਼ਾਕ ਤਾਂ ਇਸੇ ਤਰ੍ਹਾਂ ਚੱਲਦਾ ਰਹੇਗਾ ਤੇ ਬਹੁਤ ਵਧੀਆ ਸੌਂਗ ਹੈ, ਬਹੁਤ ਵਧੀਆ ਟਾਈਟਲ ਹੈ। ਥੈਂਕ ਯੂ ਜੀ, ਥੈਂਕ ਯੂ। ਤੇ ਹੁਣ ਗੱਲ ਕਰੀਏ ਤੁਹਾਡੀ ਪਰਸਨੈਲਿਟੀ, ਜਿਵੇਂ ਬਹੁਤ ਯੂਨੀਕ ਹੈ ਤੁਹਾਡਾ ਨਾਮ, ਉਸ ਤੋਂ ਵੀ ਜ਼ਿਆਦਾ ਯੂਨੀਕ ਹੈ, ਤੇ ਨਵੀ ਤੇ ਜੇ ਕੀ ਮਤਲਬ ਹੈ ਇਹਦੇ ਪਿੱਛੇ? ਐਕਚੁਅਲੀ ਜੀ, ਨਾਮ ਦਾ ਕੋਈ ਮਤਲਬ ਕੀ ਹੈ ਕਿ ਐਕਚੁਅਲੀ ਤੁਹਾਨੂੰ ਮੈਂ ਆਪਣਾ ਰੀਅਲ ਨੇਮ ਵੀ ਦੱਸ ਦਿੰਦਾ ਹੈਗਾ। ਵੈਸੇ ਮੇਰਾ ਨਾਮ ਹੈਗਾ ਨਵਜੀਤ ਸਿੰਘ, ਔਰ ਜਦੋਂ ਅਸੀਂ ਇਸ ਲਾਈਨ ਦੇ ਵਿੱਚ ਮੈਂ ਆਇਆ ਤੇ ਅਸੀਂ ਸੋਚਿਆ ਕਿ ਹੁਣ ਗਾਣਾ, ਜਦੋਂ ਅਸੀਂ ਸਭ ਕੁਝ ਪਲਾਨ ਕਰਨ ਤੋਂ ਬਾਅਦ ਸੋਚਿਆ ਕਿ ਹੁਣ ਮਿਊਜ਼ਿਕ ਕਰਨਾ ਚਾਹੀਦਾ ਹੈ ਜੀ, ਔਰ ਮੇਰੇ ਇੱਕ ਬੜੇ ਅੱਛੇ ਫਰੈਂਡ ਨੇ ਮੇਰੇ ਬਹੁਤ ਅੱਛੇ, ਔਰ ਉਹਨਾਂ ਕੋਲੋਂ ਮੈਂ ਮਿਊਜ਼ਿਕ ਕਰਵਾਉਣਾ ਸੀਗਾ ਤੇ ਉਹ ਮੈਨੂੰ ਕਹਿੰਦੇ ਕਿ ਆਪਣਾ ਮਤਲਬ ਕੋਈ ਤੁਹਾਡਾ ਨੇਮ ਜਿਹੜਾ ਹੈਗਾ ਆਪਾਂ ਇਹਨੂੰ ਚੇਂਜ ਕਰੀਏ ਥੋੜ੍ਹਾ, ਕਿਉਂਕਿ ਥੋੜ੍ਹਾ ਆਪਾਂ ਨੂੰ ਨਾ ਜੋ ਆਡੀਅੰਸ ਥੋੜ੍ਹਾ ਅਟਰੈਕਟ ਹੋਵੇ ਇਸ ਨਾਮ ਦੇ ਵੱਲ। ਤੇ ਮੇਰੇ ਤਾਂ ਕੁਛ ਦਿਮਾਗ ਦੇ ਵਿੱਚ ਨਹੀਂ ਆ ਰਿਹਾ ਸੀਗਾ, ਮੈਂ ਕਿ ਕੀ ਸੋਚ ਰਹੇ ਹੋ ਤੁਸੀਂ, ਮੈਂ ਕਿ ਮੇਰਾ ਤਾਂ ਅੱਛਾ ਨਾਮ ਹੈ ਘਰਦਿਆਂ ਨੇ ਰੱਖਿਆ ਹੋਇਆ ਵਾ, ਵਧੀਆ ਨਾਮ ਰੱਖਿਆ ਹੋਇਆ, ਕਿਉਂਕਿ ਇੱਕ ਨਾਮ ਨੂੰ ਚੇਂਜ ਕਰਕੇ ਆਪਾਂ ਇੱਕ ਨਵੇਂ ਨਾਮ ਦੇ ਨਾਲ ਇੱਕ ਪਹਿਚਾਣ ਬਣਾਉਣੀ ਇੱਕ ਬੜਾ ਡਿਫੀਕਲਟ ਹੈਗਾ ਹਰ ਇਨਸਾਨ ਲਈ, ਕਿਉਂਕਿ ਆਪਾਂ ਨੂੰ ਮੋਸਟਲੀ ਆਪਣੇ ਰਿਲੇਟਿਵਸ, ਰਿਸ਼ਤੇਦਾਰ ਜਾਂ ਆਪਣੇ ਫਰੈਂਡ ਸਰਕਲ ਉਹ ਆਪਾਂ ਨੂੰ ਉਸ ਨਾਮ ਦੇ ਨਾਲ ਜਾਣਦੇ ਹੁੰਦੇ ਆ ਜੋ ਆਪਣਾ ਬਚਪਨ ਤੋਂ ਚੱਲਦਾ ਰਿਹਾ, ਅਤੇ ਫਿਰ ਉਹਨਾਂ ਨੂੰ ਮੈਨੂੰ ਕਹਿੰਦੇ ਕਿ ਨਹੀਂ ਭਾਅ ਜੀ, ਆਪਾਂ ਨੂੰ ਨਾਮ ਚੇਂਜ ਕਰਨਾ ਪਏਗਾ। ਮੈਂ ਚਲੋ ਠੀਕ ਹੈ ਫਿਰ, ਅਤੇ ਕਾਫੀ ਨਾਮ ਉਹਨਾਂ ਨੇ ਦੇਖੇ, ਫਿਰ ਉਹਨਾਂ ਨੂੰ ਮੈਂ ਕਿਹਾ ਆਪਾਂ ਐਂ ਕਰੀਏ ਕਿ ਨਵਜੀਤ ਨੂੰ ਆਪਾਂ ਨਵੀ ਦਾ ਨਵਜੀਤ ਤੋਂ ਨਵੀ ਲੈ ਲਈਏ, ਔਰ ਜੀਤ ਤੋਂ ਆਪਾਂ ਸਿਰਫ ਜੇ ਕਰ ਦਿੰਦੇ ਹੈਗੇ ਆ, ਤੇ ਉਹ ਫਿਰ ਇਸ ਤਰੀਕੇ ਨਾਲ ਨਵਜੀਤ ਤੋਂ ਮੈਂ ਨਵੀ ਜੇ ਬਣ ਗਿਆ ਹੈਗਾ। ਤੇ ਉਹ ਜੇ ਗੱਲ ਕਰੀਏ 뮤직 ਇੰਡਸਟਰੀ ਦੀ, ਹੈ ਨਾ, ਤੇ ਇਹਦੇ ਵਿੱਚ ਕਿਵੇਂ ਆਂਦੀ ਪਲੈਨਿੰਗ ਕੀਤੀ, ਕਿਵੇਂ ਸੋਚਿਆ ਵੀ ਐਜ਼ ਅ ਸਿੰਗਰ ਮੈਨੂੰ ਆਪਣੇ ਆਪ ਨੂੰ ਐਸਟੈਬਲਿਸ਼ ਕਰਨਾ ਚਾਹੀਦਾ ਹੈ? ਸਿੰਗਰ ਦੇਖੋ ਕਿ ਸ਼ੌਂਕ ਤਾਂ ਮੈਨੂੰ ਬਚਪਨ ਤੋਂ ਹੀ ਸੀਗਾ, ਮਤਲਬ ਮੈਂ ਬਚਪਨ ਤੋਂ ਹੀ ਚਾਹੁੰਦਾ ਸੀਗਾ ਇਸ ਲਾਈਨ ਦੇ ਵਿੱਚ ਆਉਣਾ, ਥੋੜ੍ਹਾ ਬਹੁਤ ਸਕੂਲ ਦੇ ਵਿੱਚ ਜਾਂ ਕੋਈ ਜਦੋਂ ਅਸੀਂ ਪਿੰਡ ਤੋਂ ਬਿਲੋਂਗ ਕਰਦੇ ਬੇਸਿਕਲੀ, ਤੇ ਪਿੰਡ ਦੇ ਵਿੱਚ ਕੋਈ ਮਤਲਬ ਕੋਈ ਕਿਸੇ ਦੇ ਕੋਈ ਵਿਆਹ ਸ਼ਾਦੀ, ਕੋਈ ਛੋਟਾ ਮੋਟਾ ਫੰਕਸ਼ਨ, ਤੇ ਉੱਥੇ ਮੈਨੂੰ ਕਰੇਜ਼ ਹੋਣਾ ਕਿ ਨਹੀਂ ਮੈਂ ਕੁਛ ਨਾ ਕੁਛ ਇੱਥੇ ਆਪਣੇ ਆਪ ਨੂੰ ਕੁਛ ਸੁਣਾਵਾਂ, ਕੁਛ ਗਾਵਾਂ, ਪਰ ਪੇਰੈਂਟਸ ਨੂੰ ਹੈਗਾ ਸੀਗਾ ਕਿ ਨਹੀਂ ਇਹ ਗਲਤ ਹੈਗਾ, ਕਿਉਂਕਿ ਅਗਰ ਆਪਾਂ ਦੇਖੀਏ ਪੇਰੈਂਟਸ ਵੀ ਗਲਤ ਨਹੀਂ ਹੁੰਦੇ ਹੈਗੇ, ਕਿਉਂਕਿ ਪੇਰੈਂਟਸ ਨੂੰ ਵੀ ਹੁੰਦਾ ਹੈਗਾ ਕਿ ਅਸੀਂ ਆਪਣੇ ਬੱਚਾ ਸਾਡਾ ਮਤਲਬ ਉਹਦਾ ਫਿਊਚਰ ਸਿਕਿਓਰ ਹੋਵੇ ਕੁਛ, ਕਿਉਂਕਿ ਪੇਰੈਂਟਸ ਇਸ ਲਾਈਨ ਤੋਂ ਨਹੀਂ ਹੁੰਦੇ ਮੋਸਟਲੀ ਸਾਰਿਆਂ ਦੇ ਹੀ, ਉਹ ਆਪਣੀ ਕੋਈ ਜੌਬ, ਕੋਈ ਕੁਛ ਵੀ ਬਿਜ਼ਨਸ ਹੁੰਦਾ ਹੈਗਾ, ਉਹ ਸਾਰੇ ਚਾਹੁੰਦੇ ਕਿ ਜੋ ਅਸੀਂ ਕਰ ਰਹੇ ਹੈਗੇ ਸਾਡਾ ਬੱਚਾ ਉਹੀ ਕਰੇ, ਕਿਉਂਕਿ ਉਹਨਾਂ ਨੂੰ ਸਿਕਿਓਰ ਲੱਗਦਾ ਹੈਗਾ, ਔਰ ਇਹ ਇੱਕ ਇੰਡਸਟਰੀ ਬਿਲਕੁਲ ਅਲੱਗ ਹੈਗੀ ਆਪਣੀ ਨੋਰਮਲ ਲਾਈਫ ਤੋਂ, ਔਰ ਉਹਨਾਂ ਨੂੰ ਲੱਗਦਾ ਹੈਗਾ ਕਿ ਨਹੀਂ ਇਹ ਸਾਡਾ ਬੱਚਾ ਸ਼ਾਇਦ ਗਲਤ ਟਰੈਕ ਦੇ ਉੱਪਰ ਜਾ ਰਿਹਾ ਹੈਗਾ, ਔਰ ਮੈਂ ਵੀ ਚਾਹੁੰਦਾ ਸੀਗਾ, ਪਰ ਪੇਰੈਂਟਸ ਪਹਿਲਾਂ ਕਹਿ ਰਹੇ ਸੀ ਆਪਣੀ ਸਟੱਡੀ ਕੰਪਲੀਟ ਕਰੋ ਜਾਂ ਕੁਛ ਵੀ, ਤੇ ਹੌਲੀ ਹੌਲੀ ਫਿਰ ਪੇਰੈਂਟਸ ਨੂੰ ਮਨਾ ਹੀ ਲਿਆ ਕਿ ਨਹੀਂ ਮਤਲਬ ਮੈਂ ਜਾਣਾ ਚਾਹੁੰਦਾ ਹੈਗਾ। ਹੁਣ ਜੇ ਗੱਲ ਕਰੀਏ ਤੁਹਾਡੀ ਸ਼ੁਰੂਆਤੀ ਦੌਰ ਦੀ, ਸਟਾਰਟਿੰਗ ਦੇ ਵਿੱਚ 뮤직 ਦੀ ਤਾਲੀਮ ਤੁਸੀਂ ਕਿਹਦੇ ਕੋਲੋਂ ਹਾਸਲ ਕੀਤੀ? ਸਟਾਰਟਿੰਗ ਜੀ ਸਾਡੇ ਅੰਮ੍ਰਿਤਸਰ ਤੋਂ ਹੈਗੇ ਨੇ ਹਰਿੰਦਰ ਸੋਹਲ ਜੀ। ਓਕੇ। ਤੇ ਜਦੋਂ ਮੈਂ ਸੋਚਿਆ ਕਿ ਪ੍ਰੋਫੈਸ਼ਨਲੀ ਇਸ ਲਾਈਨ ਦੇ ਵਿੱਚ ਜਾਣਾ ਹੈਗਾ, ਤੇ ਫਿਰ ਮੈਨੂੰ ਉਹਨਾਂ ਬਾਰੇ ਪਤਾ ਲੱਗਾ, ਔਰ ਬੇਸਿਕ ਨੌਲੇਜ ਮੈਂ ਸਾਰੀ ਉਹਨਾਂ ਦੇ ਕੋਲੋਂ ਲਈ। ਓਕੇ ਓਕੇ। ਤੇ ਅੱਜ ਉਹਨਾਂ ਤੋਂ ਜੋ ਉਹਨਾਂ ਤੋਂ ਸਿੱਖਿਆ ਹੈਗਾ ਉਹੀ ਹੁਣ ਅੱਜ ਅਪਲਾਈ ਕਰ ਰਹੇ, ਬਾਕੀ ਨਾਲ ਦੀ ਨਾਲ ਪ੍ਰੈਕਟਿਸ ਰਿਆਜ਼ ਤਾਂ ਚੱਲਦਾ ਹੀ ਰਹਿੰਦਾ ਹੈਗਾ। ਬਿਲਕੁਲ ਜੀ। ਤੇ ਜਿਵੇਂ ਕਿ ਇਮੋਸ਼ਨਲ ਸੌਂਗ ਹੈ ਬਹੁਤ ਜ਼ਿਆਦਾ, ਹੈ ਨਾ, ਤੇ ਉਹਦੇ ਨਾਲ ਨਾਲ ਤੁਸੀਂ ਡਾਂਸ ਤਾਂ ਪਰ ਬਹੁਤ ਹੀ ਕਮਾਲ ਦਾ ਕੀਤਾ ਹੈ, ਤੇ ਇਹ ਕਿਵੇਂ ਸੋਚਿਆ ਵੀ ਇਮੋਸ਼ਨਲ ਸੌਂਗ ਤੇ ਇੰਨਾ ਵਧੀਆ ਡਾਂਸ? ਡਾਂਸ 'ਚ ਐਕਚੁਅਲੀ ਡਾਂਸ 'ਚ ਮੈਂ ਮਤਲਬ ਕਲੀਅਰਲੀ ਤੁਹਾਨੂੰ ਦੱਸਦਾ ਹੈਗਾ ਕਿ ਮੇਰਾ ਹੱਥ ਬਹੁਤ ਤੰਗ ਹੈਗਾ, ਔਰ ਇਹ ਸਾਡੇ ਡਾਇਰੈਕਟਰ ਜਾਣਦੇ ਨੇ ਜਾਂ ਕੋਰੀਓਗ੍ਰਾਫਰ ਕਿ ਮੇਰੇ ਕੋਲ ਉਹਨਾਂ ਨੇ ਕਿਵੇਂ ਡਾਂਸ ਕਰਵਾਇਆ ਹੈਗਾ, ਕਿਉਂਕਿ ਡਾਂਸ ਮੈਂ ਡਾਂਸ ਦਾ ਮੈਨੂੰ ਸ਼ੌਂਕ ਨਹੀਂ ਸੀ, ਮੈਨੂੰ ਸਿੰਗਿੰਗ ਦਾ ਸੀ, ਪਰ ਅੱਜ ਦੀ ਲਾਈਨ ਦੇ ਵਿੱਚ ਸਭ ਕੁਛ ਆਉਣਾ ਚਾਹੀਦਾ, ਔਰ ਡਾਂਸ ਵੀ ਹੁਣ ਹੌਲੀ ਹੌਲੀ ਸਿੱਖ ਰਿਹਾ, ਕੋਸ਼ਿਸ਼ ਕਰ ਰਿਹਾ ਅੱਗੇ ਇਸ ਤੋਂ ਹੋਰ ਵਧੀਆ ਪਰਫਾਰਮ ਕਰ ਸਕੀਏ। ਨਹੀਂ ਜੀ, ਬਹੁਤ ਵਧੀਆ। ਤੇ ਜੀ ਹੁਣ ਡਾਂਸ ਤਾਂ ਤੁਹਾਡੇ ਕੋਲੋਂ ਕਰਵਾ ਕੇ ਅਸੀਂ ਦੇਖ ਨਹੀਂ ਸਕਦੇ, ਤੇ ਕਿਉਂ ਨਾ ਕੋਈ ਵੀ ਐਸਾ ਇਮੋਸ਼ਨਲ ਸੌਂਗ ਜੋ ਤੁਹਾਡਾ ਪਰਸਨਲ ਫੇਵਰੇਟ ਹੋਵੇ ਉਹਦੀ ਦੋ ਲਾਈਨਾਂ ਹੋ ਜਾਏ? ਮੈਂ ਆਪਣੇ ਸੌਂਗ ਦੀਆਂ ਹੀ ਤੁਹਾਨੂੰ ਦੋ ਲਾਈਨਾਂ ਸੁਣਾਉਣਾ ਚਾਹਾਂਗਾ। ਜੀ ਬਿਲਕੁਲ ਬਿਲਕੁਲ। ਇਮੋਸ਼ਨਲ ਤੋਂ ਪਹਿਲੇ ਰਿਲੀਜ਼ ਹੋਇਆ ਸੀਗਾ, ਉਹ ਮੇਰੇ ਕਾਫੀ ਕਲੋਜ਼ ਹੈਗਾ ਗਾਣਾ। ਓਕੇ ਜੀ ਬਿਲਕੁਲ। ਉਹ ਇਮੋਸ਼ਨਲ ਤਾਂ ਖੈਰ ਸੁਣ ਹੀ ਰਹੇ ਆ ਇਸ ਵਕਤ ਚੱਲ ਰਿਹਾ, ਮੈਂ ਉਹ ਗਾਣੇ ਦੀ ਯਾਦ ਥੋੜੀ ਤਾਜ਼ਾ ਹੋ ਜਾਏਗੀ ਇਸ ਤੋਂ ਪਹਿਲੇ ਮੈਂ ਆਇਆ ਸੀਗਾ, ਉਹਦੀਆਂ
ਵੇਕਾ ਤੂੰ ਆਉਣ ਨਾ ਸਮਝ ਤੈਨੂੰ ਫੀਲਿੰਗ ਆਵੇ ਮੇਰੀਆਂ ਉਹ ਮੇਰੇ ਕੱਚ ਤੋਂ ਵੀ ਕੱਚੇ ਅਰਮਾਨ ਨੇ ਤੇ ਕਰਦਾ ਏ ਚੂਰ ਚੂਰ ਵੇ ਤੇਰੀ ਹੂਰ ਤੇਰੇ ਉੱਤੇ ਇੰਨਾ ਮਰਦੀ ਤੂੰ ਰਹਿਨਾ ਕਾ ਤੋਂ ਦੂਰ ਦੂਰ ਵੇ ਤੇਰੀ ਹੂਰ ਤੇਰੇ ਉੱਤੇ ਇੰਨਾ ਮਰਦੀ ਤੂੰ ਰਹਿਨਾ ਕਾ ਤੋਂ ਦੂਰ ਦੂਰ ਵੇ ਵਾਹ ਜੀ ਵਾਹ ਤੁਹਾਡੀ ਆਵਾਜ਼ ਬਹੁਤ ਹੀ ਕਮਾਲ ਹੈ ਤੇ ਤੁਸੀਂ ਸਾਰਿਆਂ ਨੇ ਇਹ ਗਾਣਾ ਸੁਣ ਕੇ ਇਮੋਸ਼ਨਲ ਨਹੀਂ ਹੋਣਾ ਕਿਉਂਕਿ ਬ੍ਰੇਕ ਦੇ ਉਸ ਬਾਅਦ ਜਾਣਾਂਗੇ ਨਵੀ ਜੀ ਦੇ ਆਉਣ ਵਾਲੇ ਲੇਟੈਸਟ ਗਾਣੇ ਦੇ ਬਾਰੇ ਮਿਲਦੇ ਹਾਂ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਫੇਵਰੇਟ ਸ਼ੋਅ ਨਾਮ ਹੈ ਜਿਸ ਦਾ ਫਸਟ ਲੁੱਕ ਚੱਲ ਰਹੀਆਂ ਨੇ ਗੱਲਾਂ ਬਾਤਾਂ ਨਵੀ ਜੀ ਦੇ ਨਾਲ ਤੇ ਤੁਹਾਡਾ ਸੌਂਗ ਇਮੋਸ਼ਨਲ ਬਹੁਤ ਹੀ ਜ਼ਿਆਦਾ ਇਮੋਸ਼ਨਲ ਹੈ ਤੇ ਇਹਦੀ ਪਲੈਨਿੰਗ ਕਿਵੇਂ ਤੁਸੀਂ ਸੋਚਿਆ ਵੀ ਇਹ ਸੌਂਗ ਨੂੰ ਇੱਦਾਂ ਕਰਨਾ ਹੈ ਐਂ ਕਰਨਾ ਕਿਵੇਂ ਸਾਰਾ ਕੁਝ ਪਲਾਨ ਕੀਤਾ ਪਲੈਨ ਦੇਖੋ ਜੀ ਸਭ ਤੋਂ ਪਹਿਲੇ ਤਾਂ ਗਾਲਾਂ ਦੀ ਲਿਰਿਕਸ ਦੇ ਉੱਪਰ ਬਿਲਕੁਲ ਔਰ ਲਿਰਿਕਸ ਮੇਰੇ ਮਤਲਬ ਨੌਨ ਨੇ ਲੜਕਾ ਅੱਛਾ ਲਿਖਦਾ ਵੈਸੇ ਫਰੈਸ਼ਰ ਹੈਗਾ ਔਰ ਉਹਨੇ ਕਾਫੀ ਮੈਨੂੰ ਗਾਣੇ ਸੁਣਾਏ ਕਿਉਂਕਿ ਮੈਂ ਸੋਚ ਰਿਹਾ ਸੀ ਕਿ ਜੋ ਮੇਰਾ ਲਾਸਟ ਗਾਣਾ ਸੀਗਾ ਉਹ ਥੋੜ੍ਹਾ ਹੈਗਾ ਸੀ ਸੈਡ ਰੋਮੈਂਟਿਕ ਅਤੇ ਸੋਚ ਰਹੇ ਸੀ ਕੁਛ ਬੀਟ ਕਰੀਏ ਅਤੇ ਲਿਰਿਕਸ ਕਾਫੀ ਉਹਨੇ ਸੁਣਾਏ ਮੈਨੂੰ ਅਤੇ ਇਮੋਸ਼ਨਲ ਜੋ ਸੌਂਗ ਰਿਲੀਜ਼ ਹੋਇਆ ਲਿਰਿਕਸ ਮੈਨੂੰ ਕਾਫੀ ਅੱਛੇ ਲੱਗੇ ਅਤੇ ਬਸ ਫਿਰ ਅਸੀਂ ਪਲੈਨ ਆਊਟ ਕਰ ਲਿਆ ਕਿ ਇਹ ਗਾਣਾ ਕਰਦੇ ਹੈਗੇ ਫਿਰ ਚੰਡੀਗੜ੍ਹ ਤੋਂ ਇਹ ਲੜਕਾ ਅਤੇ ਉਸਦੇ ਕੋਲੋਂ ਅਸੀਂ ਮਿਊਜ਼ਿਕ ਬਣਵਾਇਆ ਦੇਖੋ ਮੈਸੇਜ ਇਹੀ ਹੈਗਾ ਗਾਣੇ ਦਾ ਕਿ ਤੁਹਾਡੀ ਲਾਈਫ 'ਚ ਕੋਈ ਵੀ ਪ੍ਰੋਬਲਮ ਹੋ ਜਾਵੇ ਤੁਹਾਨੂੰ ਹੱਸਦੇ ਖੇਡਦੇ ਰਹਿਣਾ ਚਾਹੀਦਾ ਕਿਉਂਕਿ ਉਹ ਤਾਂ ਪ੍ਰੋਬਲਮ ਹੀ ਬਹੁਤ ਛੋਟੀ ਜਿਹੀ ਹੈਗੀ ਅਗਰ ਤੁਹਾਡੀ ਗਰਲਫ੍ਰੈਂਡ ਰੁੱਸ ਰਹੀ ਹੈਗੀ ਹੈ ਤੇ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਸਭ ਕੁਝ ਛੱਡ ਕੇ ਬੈਠ ਬੁੱਠ ਜਾਓ ਜ਼ਿੰਦਗੀ ਅੱਗੇ ਵੀ ਹੈਗੀ ਹੈ ਬਿਲਕੁਲ ਹਾਂਜੀ ਜਿਵੇਂ ਤੁਸੀਂ ਉਹਨੇ ਦੱਸਿਆ ਸੀਗਾ ਵੀ ਡਾਂਸ ਦੇ ਵਿੱਚ ਹੱਥ ਬਹੁਤ ਟਾਈਟ ਹੈ ਤੁਹਾਡਾ ਹੈ ਨਾ ਤੇ ਵੀਡੀਓ ਸ਼ੂਟ ਦੇ ਵਿੱਚ ਕਿਹੋ ਜਿਹਾ ਮਾਹੌਲ ਸੀਗਾ ਕਿੰਨੀ ਕੁ ਮੁਸ਼ਕਿਲ ਆਈ ਕਿੰਨਾ ਕੁ ਚੈਲੰਜਿੰਗ ਲੱਗਿਆ ਸਾਰਾ ਕੁਝ ਚੈਲੰਜਿੰਗ ਐਕਚੁਅਲੀ ਥੋੜ੍ਹਾ ਸੀਗਾ ਮੇਰੇ ਲਈ ਕਿਉਂਕਿ ਮੈਂ ਨਰਵਸ ਸੀਗਾ ਥੋੜ੍ਹਾ ਡਾਂਸ ਨੂੰ ਲੈ ਕੇ ਕਿਉਂਕਿ ਐਕਟ ਵੱਲੋਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਐਕਟ ਜੋ ਵੀ ਹੈ ਮੈਂ ਅੱਛਾ ਕਰ ਲਵਾਂਗਾ ਬਟ ਮੈਂ ਡਾਂਸ ਨੂੰ ਲੈ ਕੇ ਵਾਕਈ ਬੜਾ ਨਰਵਸ ਹੈਗਾ ਸੀਗਾ ਔਰ ਜਿਵੇਂ ਮੈਂ ਤੁਹਾਨੂੰ ਦੱਸ ਚੁੱਕਿਆ ਹੈਗਾ ਕਿ ਉਹ ਮਾਹੌਲ ਇੱਕ ਅਲੱਗ ਹੀ ਮਾਹੌਲ ਸੀਗਾ ਮਤਲਬ ਜੋ ਟੀਮ ਸੀਗੀ ਕੋਈ ਹੱਸ ਵੀ ਰਿਹਾ ਸੀਗਾ ਕਿ ਬੰਦਾ ਕੀ ਕਰ ਰਿਹਾ ਹੈਗਾ ਕਿੱਧਰ ਨੂੰ ਇਹਦੇ ਹੱਥ ਜਾ ਰਿਹਾ ਕੋਈ ਕਿਵੇਂ ਕਰ ਰਿਹਾ ਹੈਗਾ ਬਟ ਫਿਰ ਵੀ ਮਤਲਬ ਹੋ ਹੀ ਗਿਆ ਹੈਗਾ ਕਿਉਂਕਿ ਸਾਰੇ ਕੋਆਪਰੇਟਿਵ ਸੀਗੇ ਜਿਹਨੇ ਸਾਡੇ ਕੋਰੀਓਗ੍ਰਾਫਰ ਕੈਮਰਾਮੈਨ ਮਤਲਬ ਪੇਸ਼ੈਂਸ ਸੀਗਾ ਸਾਰਿਆਂ ਦੇ ਵਿੱਚ ਜਿਨ੍ਹਾਂ ਨੇ ਮੈਨੂੰ ਬਰਦਾਸ਼ਤ ਕੀਤਾ ਕਿ ਡਾਂਸ ਦੇ ਵਾਸਤੇ ਇੰਨਾ ਟਾਈਮ ਲੈ ਰਿਹਾ ਹੈਗਾ ਮਿਹਨਤ ਨਾਲ ਹੀ ਸਾਰਿਆਂ ਦੀ ਟੀਮ ਵਰਕ ਨਾਲ ਹੈ ਨਾ ਗਾਣਾ ਅੱਜ ਬਹੁਤ ਜ਼ਿਆਦਾ ਸਕਸੈਸ ਤੇ ਹੈ ਤੁਹਾਡੇ ਗਾਣੇ ਦੀ ਹਰ ਇੱਕ ਲਾਈਨ ਹੀ ਬਹੁਤ ਹੀ ਬਾਕਮਾਲ ਹੈ ਨਾ ਬਟ ਇੱਦਾਂ ਦੀ ਕਿਹੜੀ ਦੋ ਲਾਈਨਾਂ ਸੀਗੀ ਜੋ ਤੁਹਾਡੇ ਫੈਨਸ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਈ ਹੈ ਜਿਹਦੀ ਬਹੁਤ ਜ਼ਿਆਦਾ ਡਿਮਾਂਡ ਹੋਈ ਦੇਖੋ ਜੋ ਮੇਨ ਲਾਈਨ ਹੈਗੀ ਹੈ ਗਾਣੇ ਦੀ ਕਿਉਂਕਿ ਉਹ ਸਾਡੇ ਪੁਰਾਣੇ ਆਰਟਿਸਟ ਨੇ ਸਦੀਕ ਜੀ ਉਹਨਾਂ ਦੇ ਉੱਪਰ ਹੈਗੀ ਹੈ ਅਤੇ ਉਹੀ ਮੈਨੂੰ ਵੀ ਐਕਚੁਅਲੀ ਗਾਣੇ ਦੇ ਵਿੱਚ ਪੰਚ ਇਹੀ ਅੱਛਾ ਲੱਗਾ ਔਰ ਜੋ ਵੀ ਹੈ ਮਤਲਬ ਆਡੀਅੰਸ ਵੱਲੋਂ ਮੈਨੂੰ ਫੇਸਬੁੱਕ ਦੇ ਉੱਪਰ ਮੈਸੇਜਿਸ ਜਾਂ ਇੰਸਟਾ ਜਿੱਥੇ ਵੀ ਆਪਣਾ ਜੋ ਵੀ ਸੋਸ਼ਲ ਮੀਡੀਆ ਆਪਾਂ ਜਾਂ ਖੁਦ ਆਪਾਂ ਜਿੱਥੇ ਵੀ ਆਪਣੇ ਫੈਨਸ ਦੇ ਨਾਲ ਫਰੈਂਡਸ ਦੇ ਨਾਲ ਕੰਟੈਕਟ 'ਚ ਰਹਿ ਸਕਦੇ ਹੈਗੇ ਔਰ ਮੇਨ ਲਾਈਨ ਮੈਨੂੰ ਵੀ ਇਹੀ ਅੱਛੀ ਲੱਗੀ ਕਿ ਮਤਲਬ ਥੋੜ੍ਹਾ ਗਾ ਕੇ ਸੁਣਾ ਦਿੰਦਾ ਹੈਗਾ ਸੁਣਾ ਸਕਦਾ ਮੈਂ ਤੁਹਾਡੀ ਇਜਾਜ਼ਤ ਹੋਵੇ ਤਾਂ ਅਗਲਾ ਮੇਰਾ ਆਈ ਸਵਾਲ ਸੀਗਾ ਵੀ ਲਾਈਵ ਹੋ ਜੇ ਠੀਕ ਹੈ ਜੀ ਹਾਂਜੀ ਬੀਜ਼ੀ ਜਦੋਂ ਕਰਤਾ ਤੂੰ ਫੋਨ ਮੇਰਾ ਸੋਹਣੀਏ ਫਿਕਰਾਂ ਨਾ ਸੜ ਗਿਆ ਖੂਨ ਪੱਟ ਹੋਣੀਏ ਉਹ ਬੜੇ ਪੈਗ ਲਾ ਕੇ ਬੰਨ ਮੈਂ ਤਾਂ ਮਰ ਸੀ ਨੀ ਗਮ ਨਾ ਖਲੋਇਆ ਵੈਰ ਨੇ ਉਹ ਰਾਤੀ ਸੈਡ ਸੌਂਗ ਲਾ ਕੇ ਮੈਂ ਸਦੀਕ ਦੇ ਇਮੋਸ਼ਨਲ ਹੋਇਆ ਵੈਰ ਨੇ ਬਸ ਇਹੀ ਇਮੋਸ਼ਨਲ ਲਾਈਨ ਹੈਗੀ ਹੈ ਗਾਣੇ ਦੀ ਬਸ ਇਹੀ ਮੇਨ ਔਰ ਇਹੀ ਸਭ ਨੇ ਮਤਲਬ ਕਾਫੀ ਪਸੰਦ ਕੀਤਾ ਇਸ ਲਾਈਨ ਨੂੰ ਜੀ ਫੈਨਸ ਨੂੰ ਤੁਹਾਡੇ ਸਾਰਿਆਂ ਨੂੰ ਇਹ ਅੰਦਾਜ਼ ਤੁਹਾਡਾ ਬਹੁਤ ਜ਼ਿਆਦਾ ਪਸੰਦ ਆਇਆ ਤੇ ਮੈਨੂੰ ਲੱਗਦਾ ਹੁਣ ਸਾਰੇ ਇਹ ਹੋਪ ਕਰ ਰਹੇ ਵੀ ਅੱਗੇ ਕੋਈ ਡਾਂਸਿੰਗ ਨੰਬਰ ਲੈ ਕੇ ਆ ਰਹੇ ਹੋ ਤੁਸੀਂ ਹਾਂਜੀ ਹਾਂਜੀ ਅੱਗੇ ਡਾਂਸਿੰਗ ਨੰਬਰ ਇੱਕ ਰੋਮਾਂਟਿਕ ਡਾਂਸਿੰਗ ਨੰਬਰ ਹੈਗਾ ਉਹਦੇ ਉੱਪਰ ਮਤਲਬ ਵਰਕ ਕਰ ਰਹੇ ਹੈਗੇ ਉਸਦਾ ਨੈਕਸਟ ਮੰਥ ਸ਼ੂਟ ਹੈਗਾ ਔਰ ਆਈ ਹੋਪ ਕਿ ਮੇਰੇ ਇਸ ਗਾਣੇ ਨੂੰ ਜਿੰਨਾ ਉਹਨਾਂ ਨੇ ਪਸੰਦ ਕੀਤਾ ਜਾਂ ਮੇਰੇ ਇਸ ਤੋਂ ਪਹਿਲੇ ਗਾਣਿਆਂ ਨੂੰ ਜਿੰਨਾ ਪਿਆਰ ਦਿੱਤਾ ਉਸ ਗਾਣੇ ਨੂੰ ਉਸ ਤੋਂ ਵੀ ਵੱਧ ਦੇਣਗੇ ਕਿਉਂਕਿ ਉਸਦੇ ਉੱਪਰ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਕਰ ਰਹੇ ਹੈਗੇ ਕਿਉਂਕਿ ਕੰਮ ਕਰ ਕਰਕੇ ਬੰਦੇ ਨੂੰ ਨੌਲੇਜ ਐਕਸਪੀਰੀਅੰਸ ਹਰ ਚੀਜ਼ ਵੱਧਦੀ ਹੈਗੀ ਆ ਕਿਉਂਕਿ ਹਰ ਆਰਟਿਸਟ ਦਾ ਇਹੀ ਹੁੰਦਾ ਹੈਗਾ ਕਿ ਅਗਰ ਕੁਛ ਉਹਨੇ ਪਹਿਲੇ ਦਿੱਤਾ ਹੈਗਾ ਤਾਂ ਉਸ ਤੋਂ ਬੈਸਟ ਹੀ ਦੇਵੇ ਔਰ ਇਹੀ ਸਾਡੀ ਕੋਸ਼ਿਸ਼ ਹੈਗੀ ਆ ਕਿ ਇਸ ਤੋਂ ਅੱਗੇ ਜੋ ਟਰੈਕ ਆ ਰਿਹਾ ਉਹ ਬੈਸਟ ਹੀ ਰਹੇ ਇਸ ਤੋਂ ਬਿਲਕੁਲ ਜੀ ਤੇ ਅੱਜ ਤੁਹਾਨੂੰ ਮਿਲੀਅਨਸ ਵਿਊਜ਼ ਹੈ ਨਾ ਇਹ ਗਾਣੇ ਦੇ ਬਿਲਕੁਲ ਤੁਹਾਡੇ ਤੇ ਲੋਕ ਤੁਹਾਨੂੰ ਫੋਲੋ ਕਰ ਰਹੇ ਬਹੁਤ ਜ਼ਿਆਦਾ ਹੋ ਹੀ ਗਏ ਪਰ ਮੈਂ ਆਪ ਪੁੱਛਣਾ ਚਾਹੂੰਗੀ ਵੀ ਤੁਸੀਂ ਕਿਹਨੂੰ ਫੋਲੋ ਕਰਦੇ ਹੋ ਤੁਹਾਡੀ ਇਨਸਪੀਰੇਸ਼ਨ ਕੌਣ ਹੈ ਦੇਖੋ ਗੁਰੂ ਤਾਂ ਆਪਾਂ ਉਹਨੂੰ ਕਹਿ ਰਹੇ ਜਿਹਦੇ ਕੋਲ ਆਪਾਂ ਸਿੱਖ ਸਕਦੇ ਹੈਗੇ ਗੁਰੂ ਦਾ ਹਰਿੰਦਰ ਸੋਲ ਜੀ ਜਿਨ੍ਹਾਂ ਕੋਲੋਂ ਮੈਂ ਸਿੱਖਿਆ ਹਾਂ ਬਾਕੀ ਜਿਨ੍ਹਾਂ ਤੋਂ ਮੈਂ ਇਨਸਪਾਇਰਡ ਹੈਗਾ ਜੋ ਮੈਨੂੰ ਅੱਛੇ ਲੱਗਦੇ ਹੈਗੇ ਮਤਲਬ ਬੱਬੂ ਮਾਨ ਸਾਹਿਬ ਅੱਛਾ ਗਾਉਂਦੇ ਹੈਗੇ ਅਮਰਿੰਦਰ ਗਿੱਲ ਗੁਰਦਾਸ ਮਾਨ ਜੀ ਬਿਲਕੁਲ ਸਭ ਅੱਛਾ ਗਾਉਂਦੇ ਨਵੇਂ ਮਤਲਬ ਨਵੇਂ ਆਰਟਿਸਟ ਜੋ ਆ ਰਹੇ ਨੇ ਸਾਡੇ ਤਾਂ ਸੀਨੀਅਰ ਹੀ ਨੇ ਅੱਜ ਦੀ ਡੇਟ 'ਚ ਗੁਰੂ ਰੰਧਾਵਾ ਮਨਕੀਰਤ ਔਲਖ ਸਭ ਵਧੀਆ ਗਾ ਰਹੇ ਨੇ ਔਰ ਸਭ ਤੋਂ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਹੈਗਾ ਔਰ ਕੁਛ ਨਾ ਕੁਛ ਸਿੱਖਦੇ ਰਹੀਦਾ ਹੈਗਾ ਹਰ ਕਿਸੇ ਤੋਂ ਹਾਂਜੀ ਤੇ ਹੁਣ ਤੁਸੀਂ ਇੰਨੇ ਸਿੰਗਰਸ ਦਾ ਨਾਮ ਲੈਤਾ ਹੁਣ ਜਿਹੜਾ ਤੁਹਾਡਾ ਫੇਵਰੇਟ ਹੈ ਸਭ ਤੋਂ ਜ਼ਿਆਦਾ ਇੱਕ ਗਾਣਾ ਤਾਂ ਜੀ ਬੰਦਾ ਹੀ ਹੈ
ਜਿਹੜਾ ਮੇਰਾ ਫੇਵਰਟ ਹੈਗਾ ਫੇਵਰਟ ਫਿਰ ਚਲੋ ਸੁਣਾ ਦਿੰਦਾ ਹੈਗਾ ਮੇਰਾ ਨਹੀਂ ਮੋਸਟਲੀ ਪੰਜਾਬ ਦਾ ਉਹੀ ਫੇਵਰਟ ਹੈਗਾ ਜ਼ਿਆਦਾ ਯੂਥ ਦਾ ਬੱਬੂ ਮਾਨ ਸਾਹਿਬ ਦਾ ਹੀ ਤੁਹਾਨੂੰ ਮੈਂ ਗਾਣਾ ਸੁਣਾ ਦਿੰਦਾ ਹੈਗਾ ਜੋ ਮੈਨੂੰ ਕਾਫੀ ਅੱਛਾ ਲੱਗਦਾ ਹੈਗਾ ਕਦ ਸਾਹਾਂ ਵਿੱਚ ਕੋਈ ਵਸ ਗਿਆ ਕਦ ਨਾਗ ਇਸ਼ਕ ਦਾ ਡਸ ਗਿਆ ਕਦ ਇਸ ਦਿਲ ਦਾ ਦੁਨੀਆਂ ਦੇ ਨਾਲ ਤਕਰਾਰ ਹੋ ਗਿਆ ਮੈਨੂੰ ਪਤਾ ਹੀ ਨਹੀਂ ਲੱਗਿਆ ਕਦ ਪਿਆਰ ਹੋ ਗਿਆ ਮੈਨੂੰ ਪਤਾ ਹੀ ਨਹੀਂ ਲੱਗਿਆ ਕਦ ਪਿਆਰ ਹੋ ਗਿਆ ਵਾਹ ਜੀ ਵਾਹ ਦੇਖੋ ਇੰਨੀਆਂ ਗੱਲਾਂ ਕਰ ਲਈਆਂ ਸਾਨੂੰ ਵੀ ਨਹੀਂ ਪਤਾ ਚੱਲਿਆ ਬ੍ਰੇਕ ਦਾ ਟਾਈਮ ਹੋ ਗਿਆ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਫੇਵਰੇਟ ਸ਼ੋਅ ਦੇ ਵਿੱਚ ਨਾਮ ਹੈ ਜਿਸ ਦਾ ਫਸਟ ਲੁੱਕ ਅੱਜ ਮਹਿਫਿਲ ਸਜੀ ਹੋਈ ਹੈ ਨਵੀ ਜੀ ਦੇ ਨਾਲ ਅਤੇ ਹੁਣ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਵੀ ਤੁਸੀਂ ਇੰਨੇ ਸੌਂਗਸ ਦਿੱਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਟ ਉਹ ਕਿਹੜਾ ਸੌਂਗ ਸੀਗਾ ਜਿਹਨੇ ਤੁਹਾਨੂੰ ਇੱਕ ਇੰਡਸਟਰੀ ਦੇ ਵਿੱਚ ਪਹਿਚਾਣ ਦਿਲਵਾਈ ਸੌਂਗ ਆਇਆ ਸੀਗਾ ਜੀ ਮੇਰਾ ਤੇਰੀ ਹੂਰ ਸੌਂਗ ਆਇਆ ਸੀ ਉਸ ਤੋਂ ਪਹਿਲੇ ਦਾ ਨੇਮਟੀ ਸੀਰੀਜ਼ ਨੇ ਉਹਨੂੰ ਰਿਲੀਜ਼ ਕੀਤਾ ਸੀਗਾ ਔਰ ਉਹ ਗਾਣੇ ਤੋਂ ਮੈਨੂੰ ਇੱਕ ਅੱਛੀ ਪਹਿਚਾਣ ਮਿਲੀ ਥੋੜ੍ਹਾ ਬਹੁਤ ਲੋਕ ਪਹਿਚਾਣਨਾ ਸ਼ੁਰੂ ਹੋਏ ਉਮੀਦਾਂ ਨੀ ਹੁੰਦੀ ਹੈਗੀਆਂ ਕਿ ਇਸ ਤਰੀਕੇ ਨਾਲ ਮਤਲਬ ਗਾਣਾ ਜਾਏਗਾ ਬਟ ਮਤਲਬ ਟੀ ਸੀਰੀਜ਼ ਵਾਲਿਆਂ ਵੀ ਪੂਰਾ ਸਾਥ ਦਿੱਤਾ ਔਰ ਇੱਕ ਵਧੀਆ ਤਰੀਕੇ ਨਾਲ ਉਹਨਾਂ ਗਾਣੇ ਮੇਰੇ ਨੂੰ ਪ੍ਰਮੋਟ ਕੀਤਾ ਲੋਕਾਂ ਤੱਕ ਜੋ ਗਾਣਾ ਪਹੁੰਚ ਸਕਿਆ ਬਾਕੀ ਉਸੇ ਬਦੌਲਤ ਅੱਜ ਤੁਹਾਡੇ ਸਾਹਮਣੇ ਬੈਠੇ ਹੋਏ ਆ ਬਿਲਕੁਲ ਜੀ ਤੇ ਕਿਉਂ ਨਾ ਸ਼ੁਰੂਆਤੀ ਦੌਰ ਦੀਆਂ ਗੱਲਾਂ ਫੇਰ ਇੱਕ ਵਾਰੀ ਰਿਫਰੈਸ਼ ਕਰਦੇ ਆ ਤੇ ਕਿਉਂ ਨਾ ਉਹੀ ਗਾਣਾ ਇੱਕ ਵਾਰੀ ਫੇਰ ਹੋ ਜਵੇ ਤੁਸੀਂ ਸੋਚ ਰਹੇ ਹੋਣੇ ਟਾਈਟਲ ਸਾਰੇ ਇੰਗਲਿਸ਼ ਗਾਣੇ ਪੰਜਾਬੀ ਨਿਕਲ ਰਿਹਾ ਵਿੱਚ ਇਹ ਤਾਂ ਵਰਸਟੈਲਿਟੀ ਹੈ ਪੰਜਾਬੀਆਂ ਦੀ ਸੋਹਣੇ ਸੋਹਣੇ ਗੱਭਰੂ ਨੇ ਟਾਈਮ ਤੇਰਾ ਚੱਕਦੇ ਨੇ ਕੁੜੀਆਂ ਦੇ ਟੋਲੇ ਅੱਖ ਮੇਰੇ ਉੱਤੇ ਰੱਖਦੇ ਸੋਹਣੇ ਸੋਹਣੇ ਗੱਭਰੂ ਨੇ ਟਾਈਮ ਤੇਰਾ ਚੱਕਦੇ ਨੇ ਕੁੜੀਆਂ ਦੇ ਟੋਲੇ ਅੱਖ ਮੇਰੇ ਉੱਤੇ ਰੱਖਦੇ ਦੋਵਾਂ ਦੇ ਹੀ ਚਾਉਣ ਵਾਲੇ ਬੜੇ ਨੇ ਰਕਾਨੇ ਪਰ ਸਾਰਿਆਂ ਦੇ ਰੁਕ ਜਾਣੇ ਸਾਨੀ ਕਿੰਨਿਆਂ ਦੇ ਦਿਲ ਵੇਖੀ ਟੁੱਟਣੇ ਜੇ ਤੇਰਾ ਮੇਰਾ ਜੁੜ ਗਿਆ ਨਾਨੀ ਕਿੰਨਿਆਂ ਦੇ ਦਿਲ ਵੇਖੀ ਟੁੱਟਣੇ ਜੇ ਤੇਰਾ ਮੇਰਾ ਜੁੜ ਗਿਆ ਨਾਨੀ ਕੀ ਬਾਤ ਹੈ ਜੀ ਵੈਰੀ ਨਾਈਸ ਹੁਣ ਜੀ ਸੀਰੀਅਸ ਗੱਲਾਂ ਤਾਂ ਬਹੁਤ ਹੋ ਗਈਆਂ ਹੁਣ ਕਰਦੇ ਹਾਂ ਇੱਕ ਟਵਿਸਟ ਮੈਂ ਤੁਹਾਨੂੰ ਪੁੱਛਾਂਗੀ ਵਨ ਲਾਈਨਰ ਕੁਐਸਚਨਸ ਤੇ ਤੁਸੀਂ ਮੈਨੂੰ ਉਹਨਾਂ ਦਾ ਫਟਾਫਟ ਇੱਕ ਲਾਈਨ ਜਾਂ ਇੱਕ ਵਰਡ ਦੇ ਵਿੱਚ ਆਨਸਰ ਦੇਣਾ ਟਫ ਹੋਏਗਾ ਮੇਰੇ ਲਈ ਚਲੋ ਜੀ ਕੋਸ਼ਿਸ਼ ਕਰਦੇ ਹਾਂ ਗੇਮ ਖੇਲੀ ਨਹੀਂ ਹੈਗੀ ਐਕਚੁਅਲੀ ਮੈਂ ਚਲੋ ਕੋਸ਼ਿਸ਼ ਕਰਦੇ ਹਾਂ ਅੱਜ ਫਰਸਟ ਲੁੱਕ ਦੇ ਵਿੱਚ ਫਰਸਟ ਚੀਜ਼ ਟਰਾਈ ਕਰਦੇ ਹਾਂ ਫਰਸਟ ਗਿਫਟ ਫਰਸਟ ਗਿਫਟ ਮੇਰੇ ਫਾਦਰ ਸਾਹਿਬ ਨੇ ਮੈਨੂੰ ਉਸ ਟਾਈਮ ਦੇ ਵਿੱਚ ਆਈ ਸੀ ਟੀਵੀਐਸ ਫੈਰੋ ਬਾਈਕ ਦਿੱਤੀ ਸੀ ਗਿਫਟ ਤੇ ਉਹ ਵਧੀਆ ਲੱਗਾ ਮੈਨੂੰ ਵੈਰੀ ਨਾਈਸ ਫਰਸਟ ਕੰਪਾਰਟਮੈਂਟ ਕਿਸ ਸਬਜੈਕਟ ਵਿੱਚ ਆਈ ਸੀ ਫਰਸਟ ਕੰਪਾਰਟਮੈਂਟ ਆਈ ਥਿੰਕ ਸਾਇੰਸ ਦੇ ਵਿੱਚ ਡਬਲ ਮੈਟ੍ਰਿਕ ਹੈ ਮੈਂ ਫ੍ਰੈਂਕਲੀ ਦੱਸਦਾ ਹੈਗਾ ਦੋ ਵਾਰ ਮੈਟ੍ਰਿਕ ਕੀਤੀ ਹੋਈ ਹੈ ਮੈਂ ਓਕੇ ਓਕੇ ਕੋਈ ਚੱਕਰ ਨਹੀਂ ਜੀ ਪੈਸਾ ਬਹੁਤ ਜ਼ਰੂਰੀ ਹੈ ਲਾਈਫ ਜੀਣ ਵਾਸਤੇ ਲਵ ਲਵ ਦੀ ਡੈਫੀਨੇਸ਼ਨ ਕਾਫੀ ਲੰਬੀ ਹੈਗੀ ਹੈ ਔਰ ਮੈਂ ਜਲਦੀ ਜਲਦੀ ਵਨ ਲਾਈਨਰ ਕੁਐਸਚਨਸ ਐਂਡ ਆਨਸਰਸ ਇੱਕ ਵਾਰ ਦੇ ਵਿੱਚ ਔਰ ਮੈਂ ਤੁਹਾਨੂੰ ਕੀ ਲਵ ਬੰਦੇ ਨੂੰ ਜੀਣਾ ਸਿਖਾ ਦਿੰਦਾ ਹੈਗਾ ਅਗਰ ਬੰਦਾ ਸਹੀ ਤਰੀਕੇ ਨਾਲ ਕਿਸੇ ਵੀ ਚੀਜ਼ ਨਾਲ ਲਵ ਕਰੇ ਚਾਹੇ ਉਹ ਫੈਮਿਲੀ ਹੈ ਚਾਹੇ ਕੁਝ ਵੀ ਆਪਣਾ ਕੈਰੀਅਰ ਹੈ ਤੇ ਪਹਿਲਾ ਸੁਪਨਾ ਜਿਹੜਾ ਤੁਹਾਡਾ ਪੂਰਾ ਹੋਇਆ ਹੋਵੇ ਪਹਿਲਾਂ ਤਾਂ ਇਹ ਸੀਗਾ ਮੇਰਾ ਸੁਪਨਾ ਕਿ ਮੈਂ ਮਤਲਬ ਮੇਰਾ ਗਾਣਾ ਆ ਜਾਵੇ ਜੀ ਤੇ ਇਹ ਮੇਰਾ ਸਭ ਤੋਂ ਵੱਡਾ ਸੁਪਨਾ ਸੀ ਜੋ ਮੇਰਾ ਫਸਟ ਬ੍ਰੇਕ ਮਿਲਿਆ ਮੇਰਾ ਗਾਣਾ ਰਿਲੀਜ਼ ਹੋਇਆ ਵੈਰੀ ਨਾਈਸ ਤੇ ਸਕੂਲ ਦੇ ਵਿੱਚ ਕਦੀ ਬੰਕ ਮਾਰਿਆ ਹੋਵੇ ਸਕੂਲ ਜਾਂ ਕਾਲਜ ਦੇ ਵਿੱਚ ਸਕੂਲ ਤੋਂ ਹੀ ਸ਼ੁਰੂ ਹੋ ਗਏ ਸੀਗੇ ਬੰਕ ਹਾਂਜੀ ਜ਼ਰੂਰ ਸਕੂਲ ਤੋਂ ਕਾਲਜ ਤੱਕ ਮਤਲਬ ਬੰਕ ਹੀ ਬੰਕ ਹਾਂਜੀ ਹਾਂਜੀ ਪੰਜਾਬੀ 뮤직 ਇੰਡਸਟਰੀ ਜਿਹਨੂੰ ਰਾਸ ਆ ਉਹਦੇ ਲਈ ਵਧੀਆ ਜਿਹਨੂੰ ਨਾ ਆਵੇ ਛੱਡ ਦੇ ਫਿਰ ਫਸਟ ਕਾਰ ਜ਼ੈਨ ਮਾਰੂਤੀ ਸੁਜ਼ੂਕੀ ਜ਼ੈਨ ਓਕੇ ਫਸਟ ਟ੍ਰਿਪ ਕਿਹੜਾ ਸੀਗਾ ਵਿਦਆਊਟ ਫੈਮਿਲੀ ਫਸਟ ਟ੍ਰਿਪ ਵਿਦਆਊਟ ਫੈਮਿਲੀ ਕੁੱਲੂ ਮਨਾਲੀ ਫਸਟ ਪੰਜਾਬੀ ਮੂਵੀ ਜਿਹੜੀ ਤੁਹਾਨੂੰ ਬਹੁਤ ਪਸੰਦ ਹੋਵੇ ਫਸਟ ਪੰਜਾਬੀ ਮੂਵੀ ਹਸ਼ਰ ਫਸਟ ਪੰਜਾਬੀ ਸਿੰਗਰ ਜਿਹਦੇ ਉੱਤੇ ਕ੍ਰਸ਼ ਹੈ ਤੁਹਾਡਾ ਸਾਰੀ ਨਿਮਰਤ ਖੈਰਾ ਓਕੇ ਹਾਂਜੀ ਫਸਟ ਬਰਥਡੇ ਪਾਰਟੀ ਕਿਹਦੇ ਕੋਲੋਂ ਮਿਲੀ ਸੀ ਬਰਥਡੇ ਪਾਰਟੀ ਤਾਂ ਐਕਚੁਅਲੀ ਜਦੋਂ ਮੈਂ ਹੋਸ਼ ਵੀ ਸੀ ਸੰਭਾਲੀ ਉਦੋਂ ਤੋਂ ਹੀ ਘਰ ਦੇ ਮੇਰਾ ਬਰਥਡੇ ਮਨਾ ਰਹੇ ਸੀ ਤੇ ਪੇਰੈਂਟਸ ਤੋਂ ਮਿਲੀ ਫਸਟ ਬਰਥਡੇ ਪਾਰਟੀ ਓਕੇ ਜੇ ਅੱਜ ਸਿੰਗਰ ਨਾ ਹੁੰਦੇ ਤੇ ਹੋਰ ਕਿਹੜਾ ਪ੍ਰੋਫੈਸ਼ਨ ਚੂਜ਼ ਕਰਦੇ ਬਿਜ਼ਨਸ ਦੇ ਕੁਝ ਟਰਾਈ ਕਰ ਰਿਹਾ ਹੁੰਦਾ ਟਰਾਈ ਨਹੀਂ ਮਤਲਬ ਕਰ ਰਿਹਾ ਹੁੰਦਾ ਕੁਝ ਹਾਂਜੀ ਬਹੁਤ ਵਧੀਆ ਤੁਸੀਂ ਬਹੁਤ ਬਿੰਦਾਸ ਅੰਦਾਜ਼ ਦੇ ਵਿੱਚ ਸਾਰੇ ਜਵਾਬ ਦਿੱਤੇ ਸਾਨੂੰ ਤੇ ਹੁਣ ਗੱਲ ਕਰਦੇ ਹਾਂ ਤੁਹਾਡੇ ਫਿਊਚਰ ਪਲਾਨਸ ਦੇ ਬਾਰੇ ਆਉਣ ਵਾਲੇ ਫਿਊਚਰ ਦੇ ਵਿੱਚ ਆਡੀਅנס ਲਈ ਕੀ ਨਵਾਂ ਲੈ ਕੇ ਆ ਰਹੇ ਹੋ ਨਵਾਂ ਜਿਵੇਂ ਤੁਹਾਨੂੰ ਮੈਂ ਦੱਸ ਚੁੱਕਾ ਹੋਇਆ ਕਿ ਦੋ ਤਿੰਨ ਸੌਂਗ ਤਿਆਰ ਕੀਤੇ ਹੋਏ ਨੇ ਉਹਨਾਂ ਦੇ ਵਿੱਚ ਸੈਡ ਵੀ ਹੈ ਬੀਟ ਵੀ ਹੈ ਰੋਮਾਂਟਿਕ ਵੀ ਹੈ ਮਤਲਬ ਹਰ ਤਰੀਕੇ ਦਾ ਟੇਸਟ ਦੇਖਣ ਨੂੰ ਮਿਲੇਗਾ ਆਡੀਅנס ਨੂੰ
जो एक्सपेक्ट कर रहे हैं क्योंकि इक्के जोलर दे विच बज के मैं काम नहीं करना चाहता क्योंकि कोई सैड रोमांटिक बीट हर तरीके का गाना ऑडियंस नु देखने नु मिलेगा बिल्कुल जी असीं पूरी उम्मीद करते हैं जिवें कि हुण तक दा तुहाडा सफर बहुत ही सुपर डुपर अमेजिंग रहे उदां ही तुसीं बहुत ज़्यादा राइज करो फर्स्ट लुक विच आने लई बहुत बहुत शुक्रिया सत श्री अकाल सत श्री अकाल जी मेरे लिए भी तुहाडा बहुत बहुत थैंक्स थैंक यू तुसीं मैनूं मौका दित्ता तुहाडे रूबरू आउण दा थैंक यू सत श्री अकाल जी